ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਟੱਡੀਸ਼ਿਪ YouTube ਚੈਨਲ ਦੇ ਉੱਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਪੀਐਸਪੀਸੀਐਲ ਦੇ ਵੱਲੋਂ ਗ੍ਰੈਜੂਏਟ ਟੈਕਨੀਸ਼ੀਅਨ ਅਪਰੈਂਟਸ਼ਿਪ ਦੇ ਲਈ ਜਿਹੜੀ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਹਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ ਦਸਤਾਵੇਜ਼ਾਂ ਜਿਹੜੇ 26 April ਤੋਂ ਚੈੱਕ ਹੋਣੇ ਸ਼ੁਰੂ ਹੋਣਗੇ ਉਹਦੇ ਸੰਬੰਧੀ ਇੱਕ ਨਵੀਂ ਅਪਡੇਟ ਹੈ ਨਵੀਂ ਜਾਣਕਾਰੀ ਹੈ ਉਹ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਸਟੇ ਕਨੈਕਟਿਡ ਸਟੇ ਅਪਡੇਟਡ ਸੋ ਤੁਹਾਨੂੰ ਦੱਸਦੀ ਹੈ ਕਿ ਪੀਐਸਪੀਸੀਐਲ ਦੇ ਵੱਲੋਂ ਅੱਜ ਨਵੀਂ ਜਾਣਕਾਰੀ ਜਿਹੜੀ ਸਾਂਝੀ ਕੀਤੀ ਗਈ ਹੈ ਉਹ ਦੱਸਿਆ ਗਿਆ ਕਿ ਪੀਐਸਪੀਸੀਐਲ ਦੇ 19423 ਨੂੰ ਲਿਸਟ ਪਾਈ ਸੀ ਮੈਰਿਟ ਲਿਸਟ 439 ਜਿਹੜੇ ਕੈਂਡੀਡੇਟ ਸੈਲੈਕਟ ਕਰਨੇ ਆ ਪ੍ਰੈਂਟਸਿਪ ਦੇ ਲਈ ਉਹਦੇ ਨਾਲ ਸੰਬੰਧਤ ਜਿਹੜੀ ਲਿਸਟ 2423 ਨੂੰ ਪਬਲਿਕ ਨੋਟਿਸ ਇੱਕ ਜਾਰੀ ਕੀਤਾ ਸੀਗਾ ਡਾਕੂਮੈਂਟ ਚੈੱਕ ਕਰਨ ਦੇ ਲਈ ਸੋ ਉਹਦੀ ਲਗਾਤਾਰਤਾ ਦੇ ਵਿੱਚ ਹੁਣ ਇਹ ਦਰਸਾਇਆ ਗਿਆ ਬੋਲਡ ਕੀਤਾ ਜਿਹੜਾ ਕਿ ਜਿਹੜਾ ਡਾਕੂਮੈਂਟ ਚੈਕਿੰਗ ਹੈ 올 द ਇੰਜੀਨੀਅਰਿੰਗ ਗ੍ਰੈਜੂਏਟਸ ਐਂਡ ਡਿਪਲੋਮਾ ਹੋਲਡਰਸ ਕੈਂਡੀਡੇਟਸ ਹੂ ਹੈਵ ਅਪਲਾਈਡ ਅੰਡਰ ਫਿਜ਼ੀਕਲੀ ਹੈਂਡੀਕੈਪਡ ਕੈਟੇਗਰੀ ਨੇਮ ਅਪੀਅਰਡ ਇਨ ਮੈਟਲਿਸਟ ਹੈਸ ਬੀਨ ਸ਼ਡਿਊਲਡ ਔਨ 2523 ਟਿਊਸ ਦੇ ਸੋ ਜਿਹੜੇ ਫਿਜ਼ੀਕਲੀ ਹੈਂਡੀਕੈਪਟ ਕੈਟੇਗਰੀ ਦੇ ਵਿੱਚ ਅਪਲਾਈ ਕੀਤਾ ਸੀ ਔਰ ਜਿਨ੍ਹਾਂ ਦਾ ਮੈਰਿਟ ਲਿਸਟ ਦੇ ਵਿੱਚ ਨਾਮ ਆਇਆ ਹੋਇਆ ਉਹਨਾਂ ਦੀ ਜਿਹੜੀ ਡਾਕੂਮੈਂਟ ਚੈਕਿੰਗ ਹੈ ਉਹ 2 ਮਈ 2023 ਦਿਨ ਮੰਗਲਵਾਰ ਨੂੰ ਰੱਖੀ ਗਈ ਹੈ ਉਹ ਸ਼ਡਿਊਲ ਕੀਤੀ ਗਈ ਹੈ ਸੋ ਇਸ ਕੈਟੇਗਰੀ ਦੇ ਜਿਹੜੇ ਕੈਂਡੀਡੇਟਸ ਨੇ ਉਹ ਨੋਟ ਕਰ ਲੈਣ ਜਿਨ੍ਹਾਂ ਦਾ ਨਾਮ ਲਿਸਟ ਦੇ ਵਿੱਚ ਆਇਆ ਹੋਵੇ ਫਿਜ਼ੀਕਲੀ ਹੈਂਡੀਕੈਪਟ ਕੈਟੇਗਰੀ ਇੰਜੀਨੀਅਰਿੰਗ ਗ੍ਰੈਜੂਏਟਸ ਐਂਡ ਡਿਪਲੋਮਾ ਹੋਲਡਰਸ ਨੋਟ ਕਰ ਲੈਣ ਕਿ ਉਹਨਾਂ ਦਾ ਡਾਕੂਮੈਂਟ ਚੈਕਿੰਗ ਲਈ ਸ਼ਡਿਊਲ ਜਿਹੜਾ ਹੈ 2 ਮਈ 2023 ਦਿਨ ਮੰਗਲਵਾਰ ਟਿਊਜ਼ਡੇ ਨੂੰ ਰੱਖਿਆ ਗਿਆ ਦ ਡਾਕੂਮੈਂਟਸ ਰਿਕੁਆਇਰਡ ਫਾਰ ਡਾਕੂਮੈਂਟ ਚੈਕਿੰਗ ਆਰ ਐਸ ਪਰ ਦਾ ਲਿਸਟ ਅਟੈਚਡ ਵਿਦ ਦਾ ਪਬਲਿਕ ਨੋਟਸ ਅਪ੍ਰੈਲ uh, 2023 ਸੋ 2423 ਨੂੰ ਜਿਹੜਾ ਪਬਲਿਕ ਨੋਟਿਸ ਪਾਇਆ ਸੀ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਉੱਪਰ ਆਈ ਬਟਨ ਦੇ ਵਿੱਚ ਤੁਸੀਂ ਕਲਿੱਕ ਕਰਕੇ ਦੁਬਾਰਾ ਦੇਖ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਤੁਹਾਨੂੰ ਮਿਲ ਜੇਗਾ ਕਿ ਉਹਦੇ ਨਾਲ ਜਿਹੜੀ ਲਿਸਟ ਅਟੈਚ ਕੀਤੀ ਗਈ ਹੈ ਉਸ ਨੋਟਿਸ ਦੇ ਨਾਲ ਉਹਦੇ ਮੁਤਾਬਕ ਜਿਹੜੀ ਲਿਸਟ ਹੈ ਉਹ ਡਾਕੂਮੈਂਟ ਚੈੱਕ ਕਰਨ ਲਈ ਲੈ ਕੇ ਆਉਣੇ ਆ ਉਹ ਰੈਡੀ ਰੱਖਣੇ ਤੁਸੀਂ ਇਨ ਐਡੀਸ਼ਨ ਟੂ ਦਾ ਸੈਟ ਡਾਕੂਮੈਂਟਸ ਜਿਹੜੇ ਉੱਪਰ ਜਿਹੜੇ 2423 ਦੇ ਨੋਟਿਸ ਦੇ ਵਿੱਚ ਲਿਸਟ ਦਿੱਤੀ ਗਈ ਸੀ ਡਾਕੂਮੈਂਟ ਸੀ ਉਸ ਤੋਂ ਇਲਾਵਾ ਇਹਦਾ PWD ਸਰਟੀਫਿਕੇਟ ਹੈ ਫਾਰ ਪਰਮਨੈਂਟ ਡਿਸੇਬਿਲਟੀ ਜਿਹੜੀ ਪਰਮਨੈਂਟ ਡਿਸੇਬਿਲਟੀ ਲਈ PWD ਸਰਟੀਫਿਕੇਟ ਹੈ ਉਹ ਇਸ਼ੂ ਕੀਤਾ ਹੋਵੇ ਸਿਵਲ ਸਰਜਨ ਦੁਆਰਾ ਇਸ਼ੂਡ ਬਾਈ ਸਿਵਲ ਸਰਜਨ ਆਫ ਗਵਰਨਮੈਂਟ ਆਫ ਪੰਜਾਬ ਇਸ ਆਲਸੋ ਰਿਕਵਾਇਰਡ ਉਹ ਵੀ ਚਾਹੀਦਾ ਉਹ ਵੀ ਲੋੜਿੰਦਾ ਤੁਹਾਨੂੰ ਜੇ ਤੁਹਾਡਾ ਕੇਸ ਇਹੋ ਜਿਹਾ ਬਣਦਾ ਕਿ ਪਰਮਨੈਂਟਲੀ ਡਿਸੇਬਲਡ ਹੋ ਤੁਸੀਂ ਕੈਂਡੀਡੇਟ ਔਰ PWD ਕੈਟਾਗਰੀ ਦੇ ਵਿੱਚ ਤੁਹਾਨੂੰ ਫਿਰ ਸਿਵਲ ਸਰਜਨ ਦੁਆਰਾ ਪੰਜਾਬ ਗਵਰਨਮੈਂਟ ਸਰਕਾਰ ਪੰਜਾਬ ਸਰਕਾਰ ਦੇ ਡਾਕਟਰ ਦੇ ਵਿੱਚੋਂ ਸਿਵਲ ਸਰਜਨ ਦੁਆਰਾ ਪਰਮਨੈਂਟ ਡਿਸੇਬਿਲਿਟੀ ਦਾ ਇਹਦਾ ਸਰਟੀਫਿਕੇਟ ਹੈ ਪੀ ਡਬਲਯੂ ਡੀ ਸਰਟੀਫਿਕੇਟ ਉਹ ਵੀ ਲੋੜਿੰਦਾ ਉਹ ਵੀ ਨਾਲ ਲੈ ਕੇ ਜਾਣਾ ਸੋ ਆਈ ਹੋਪ ਕਿ ਤੁਸੀਂ ਨੋਟ ਕਰ ਲਿਆ ਹੋਣਾ ਇਸ ਤੋਂ ਇਲਾਵਾ ਜਿਹੜੀਆਂ ਹੋਰ ਸ਼ਰਤਾਂ ਨੇ ਜਾਂ ਜਿਹੜੀਆਂ ਬਾਨਾ ਨੇ ਉਹ ਇਹ ਨੇ ਕਿ ਸਿਰਫ ਤੁਹਾਨੂੰ ਡਾਕੂਮੈਂਟ ਚੈਕਿੰਗ ਲਈ ਬੁਲਾਉਣਾ ਤੁਹਾਨੂੰ ਯਕੀਨ ਨਹੀਂ ਦਿਵਾਉਂਦਾ ਜਾਂ ਤੁਹਾਨੂੰ ਅਸ਼્યોਰ ਨਹੀਂ ਕਰਦਾ ਕਿ ਤੁਹਾਡੀ ਸਿਲੈਕਸ਼ਨ ਹੈ ਜਿਹੜੀ ਅਪਰੈਂਟਸ਼ਿਪ ਲਈ ਹੋ ਗਈ ਹੈ ਨੰਬਰ 2 ਵੈਨਿਊ ਦੱਸਿਆ ਗਿਆ ਟੈਕਨੀਕਲ ਟ੍ਰੇਨਿੰਗ ਇੰਸਟੀਚਿਊਟ ਪੀ ਐਸ ਪੀ ਸੀ ਐਲ ਸ਼ਕਤੀ ਵਿਹਾਰ ਨियर 3 ਨੰਬਰ ਫਾਟਕ ਪਟਿਆਲਾ ਵਿਖੇ ਤੁਹਾਡੀ ਡਾਕੂਮੈਂਟ ਚੈਕਿੰਗ ਹੋਣੀ ਹੈ 3rd ਪੁਆਇੰਟ ਇੱਥੇ ਲਿਖਿਆ ਗਿਆ ਤਾਂ ਕੈਂਡੀਡੇਟਸ ਮਸਟ ਰਿਪੋਰਟ ਫॉर ਡਾਕੂਮੈਂਟ ਚੈਕਿੰਗ ਸ਼ਾਰਪ ਐਟ 8am on scheduled date ke tusi scheduled date nu 8 baje sahi tusi document checking layi pahonjana hai document checking will be done till 2 pm only sirf 2 baje tak us din documents di checking honi hai todi is layi tusi jaldi early morning 8 baje pahonchna hai todi scheduled date nu the candidates must report himself or herself in person for document checking and no one else on a behalf of candidate is allowed to allowed for document checking ke khud candidates ne aap khud haazir hona hai physically ਕੋਈ ਵੀ ਉਹਨਾਂ ਤੋਂ ਇਲਾਵਾ ਹੋਰ ਦੂਸਰਾ ਇਹਦੇ ਲਈ ਡਾਕੂਮੈਂਟ ਚੈਕਿੰਗ ਲਈ ਨਹੀਂ ਜਾ ਸਕਦਾ 올 ਦਾ ਡਾਕੂਮੈਂਟਸ ਆਜ਼ ਮੈਂਸ਼ਨਡ ਆਰ ਮੈਂਟੀ ਐਟ ਦਾ ਟਾਈਮ ਆਫ ਡਾਕੂਮੈਂਟ ਚੈਕਿੰਗ ਸਾਰੇ ਜਿਹੜੇ ਜ਼ਰੂਰੀ ਆ ਲਾਜ਼ਮੀ ਆ ਡਾਕੂਮੈਂਟ ਚੈਕਿੰਗ ਦੇ ਸਮੇਂ ਤੇ ਤੁਹਾਡੇ ਕੋਲ ਡਾਕੂਮੈਂਟਸ ਹੋਣੇ ਚਾਹੀਦੇ ਆ ਸੋ ਇਹ ਨਵੀਂ ਅਪਡੇਟ ਸੀ ਅੱਜ ਦੀ ਹੋਪ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਣੀ ਆ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਸਾਥੀਆਂ ਦੇ ਨਾਲ ਸ਼ੇਅਰ ਕਰਦੇ ਨਾਲ ਹੀ ਸਮੂਹ ਮੀਤਵਾਰਾਂ ਦੇ ਲਈ ਸ਼ੁਭ ਕਾਮਨਾਵਾਂ ਗੁੱਡ ਲੱਕ ਔਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਥੈਂਕ ਯੂ